ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਤੇ ਮੈਂ ਹਾਂ ਜਸਪੀਰ ਸੋ ਤੁਸੀਂ ਵੀ ਹੁਣ ਸਾਵਧਾਨ ਹੋ ਜਾਓ ਤੇ ਆਪਦੇ ਬੱਚਿਆਂ ਨੂੰ ਵੀ ਸਾਵਧਾਨ ਕਰ ਲਓ ਕਿਉਂਕਿ ਜੇਕਰ ਤੁਸੀਂ ਆਪਦਾ ਮੋਬਾਈਲ ਫੋਨ ਚਾਰਜਿੰਗ ਤੇ ਲਾਉਣੇ ਹੋ ਤਾਂ ਤੁਹਾਡਾ ਅਕਾਊਂਟ ਖਾਲੀ ਹੋ ਸਕਦਾ ਜੀ ਹਾਂ ਇਹ ਸੱਚੀ ਗੱਲ ਹੈ ਕਿ ਜੇਕਰ ਤੁਸੀਂ ਕਿਸੇ ਯੂਐਸਬੀ ਪੋਰਟ ਦੇ ਇਸਤੇਮਾਲ ਕਰਕੇ ਆਪਦਾ ਫੋਨ ਚਾਰਜਿੰਗ ਤੇ ਲਾਉਣੇ ਹੋ ਤਾਂ ਤੁਹਾਡਾ ਅਕਾਊਂਟ ਖਾਲੀ ਹੋ ਸਕਦਾ ਹੈ ਹਾਲ ਹੀ ਦੇ ਵਿੱਚ ਇੱਕ ਘਟਨਾ ਹైదరాబాద్ ਦੇ ਵਿੱਚ ਵਾਪਰੀ ਹੈ ਜਿੱਥੇ ਇੱਕ ਵਿਅਕਤੀ ਪਬਲਿਕ ਪਲੇਸ ਦੇ ਉੱਤੇ USB ਪੋਰਟ ਦੇ ਜ਼ਰੀਏ ਆਪਦਾ ਮੋਬਾਈਲ ਚਾਰਜ ਤੇ ਲਾਉਂਦਾ ਹੈ ਪਰ ਮਿੰਟਾਂ ਸਕਿੰਟਾਂ ਦੇ ਵਿੱਚ ਉਹਦੇ ਅਕਾਊਂਟ ਵਿੱਚੋਂ 16 ਲੱਖ ਰੁਪਏ ਕੱਢ ਲਏ ਜਾਂਦੇ ਹਨ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਜਦੋਂ ਕਿਸੇ ਦੇ ਅਕਾਊਂਟ ਦੇ ਵਿੱਚੋਂ ਐਦਾਂ ਪੈਸੇ ਕੱਢੇ ਗਏ ਹਨ ਇਸ ਤਰ੍ਹਾਂ ਦੀ ਘਟਨਾ ਇੱਕ ਵਾਰ ਦਿੱਲੀ ਵਿੱਚ ਵੀ ਹੋਈ ਜਿੱਥੇ ਇੱਕ ਮਹਿਲਾ ਨੇ 에어ਪੋਰਟ ਦੇ ਉੱਤੇ ਚਾਰਜਿੰਗ ਪੋਰਟ ਤੇ ਆਪਦਾ ਫੋਨ ਲਗਾਇਆ ਤੇ ਉਹਦੇ ਅਕਾਊਂਟ ਦੇ ਵਿੱਚੋਂ 1,20,000 ਰੁਪਏ ਕੱਢ ਲਿਆ ਗਿਆ ਸੋ ਤੁਸੀਂ ਸੋਚ ਰਹੇ ਹੋਵੋਗੇ ਕਿ ਅਗਰ ਉਹਨਾਂ ਨਾਲ ਹੋ ਸਕਦਾ ਹੈ ਤਾਂ ਤੁਹਾਡੇ ਨਾਲ ਕਿਉਂ ਨਹੀਂ ਹੋ ਸਕਦਾ ਹੁਣ ਤੁਹਾਨੂੰ ਕੁਝ ਗੱਲਾਂ ਦੱਸਾਂਗੇ ਜਿਹਦੇ ਕਰਕੇ ਤੁਸੀਂ ਸਾਵਧਾਨ ਰਹਿ ਸਕਦੇ ਹੋ ਤੇ ਤੁਹਾਡੇ ਨਾਲ ਇਹ ਨਾ ਹੋਵੇ ਤਾਂ ਤੁਸੀਂ ਵਿਆਦਾ ਬਚਾਅ ਕਰ ਸਕਦੇ ਹੋ ਜਾਣਕਾਰੀ ਮੁਤਾਬਿਕ 오ਡੀਸਾ ਪੁਲਿਸ ਨੇ ਵੀ ਇੱਕ ਟਵੀਟ ਦੇ ذریعے ਵਾਰਨਿੰਗ ਦਿੱਤੀ ਹੈ ਕਿ ਆਪਣੇ ਮੋਬਾਈਲ ਫੋਨਸ ਨੂੰ ਪਬਲਿਕ ਪਲੇਸਸ ਦੇ ਉੱਤੇ ਚਾਰਜਿੰਗ ਉੱਤੇ ਨਾ ਲਗਾਇਆ ਜਾਵੇ ਕਿਉਂਕਿ ਸਾਈਬਰ ਫਰਾਡ ਮੋਬਾਈਲ ਤੋਂ ਤੁਹਾਡੀ ਪਰਸਨਲ ਡਿਟੇਲ ਚੁਰਾ ਕੇ ਮਾਲਵੇਅਰ ਇੰਸਟਾਲ ਕਰਨ ਦੀ ਕੋਸ਼ਿਸ਼ ਕਰਦਾ ਹੈ ਇਸ ਫਰੌਡ ਨੂੰ ਜੂਸ ਜੈਕਿੰਗ ਕਿਹਾ ਜਾਂਦਾ ਹੈ ਹੁਣ ਤੁਹਾਨੂੰ ਦੱਸ ਦਿਆਂ ਕਿ ਜੂਸ ਜੈਕਿੰਗ ਕੀ ਹੁੰਦੀ ਹੈ ਜੂਸ ਜੈਕਿੰਗ ਇੱਕ ਤਰ੍ਹਾਂ ਦਾ ਸਾਈਬਰ ਜਾਂ ਵਾਇਰਸ ਅਟੈਕ ਹੁੰਦਾ ਹੈ ਜਿਸ ਕਰਕੇ ਕ੍ਰਿਮੀਨਲ ਪਬਲਿਕ ਪਲੇਸ ਜਿਵੇਂ 에어ਪੋਰਟ ਬੱਸ ਸਟੈਂਡ ਰੇਲਵੇ ਸਟੇਸ਼ਨ ਦੇ ਉੱਤੇ USB ਚਾਰਜਿੰਗ ਪੋਰਟ ਦੇ ਜ਼ਰੀਏ ਤੁਹਾਡੀ ਪਰਸਨਲ ਡਿਟੇਲ ਚੁਰਾ ਲੈਂਦੇ ਹਨ ਹੁਣ ਤੁਹਾਨੂੰ ਦੱਸ ਦਿਆਂ ਕਿ ਮਾਲਵੇਅਰ ਕੀ ਹੁੰਦਾ ਹੈ ਮਾਲਵੇਅਰ ਨੂੰ ਮੈਲੀਸ਼ੀਅਸ ਸੌਫਟਵੇਅਰ ਵੀ ਕਿਹਾ ਜਾਂਦਾ ਹੈ ਤੇ ਇਹਦੇ ਨਾਲ ਤੁਸੀਂ ਕੰਪਿਊਟਰ ਜਾਂ ਮੋਬਾਈਲ ਚੋਂ ਤੁਹਾਡਾ ਡਾਟਾ ਹੈਕ ਹੋ ਸਕਦਾ ਹੈ ਮਾਲਵੇਅਰ ਕਿਸੇ ਵੀ ਤਰ੍ਹਾਂ ਦਾ ਫਾਈਲ ਜਾਂ ਕੋਡ ਹੋ ਸਕਦਾ ਹੈ ਜਿਹਨੂੰ ਨੈੱਟਵਰਕ ਦੇ ਨਾਲ ਫੋਨ ਦੇ ਵਿੱਚ ਪਾਇਆ ਜਾਂਦਾ ਹੈ ਤੇ ਜਿੱਦਾਂ ਹੀ ਇਹ ਮਾਲਵੇਅਰ ਤੁਹਾਡੇ ਫੋਨ ਦੇ ਵਿੱਚ ਇੰਸਟਾਲ ਹੁੰਦਾ ਹੈ ਤੁਹਾਡਾ ਫੋਨ ਸਲੋ ਹੋ ਜਾਂਦਾ ਹੈ ਤੇ 에ਰਰ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ ਹੁਣ ਤੁਸੀਂ ਇਸ ਫਰੌਡ ਤੋਂ ਕਿੱਦਾਂ ਬਚ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਆਪਣੇ ਸਿਸਟਮ ਦੇ ਉੱਤੇ ਕੋਈ ਵਧੀਆ ਐਂਟੀਵਾਇਰਸ ਸੌਫਟਵੇਅਰ ਇੰਸਟਾਲ ਕਰਨਾ ਹੈ ਤੇ ਆਪਣੇ ਫੋਨ ਨੂੰ ਅਪਡੇਟ ਰੱਖਣਾ ਹੈ ਵੈਬ ਬ੍ਰਾਊਜ਼ ਕਰਦੇ ਟਾਈਮ ਕਈ ਐਡਵਰਟਾਈਜ਼ਮੈਂਟ ਦਿਖਾਈਆਂ ਜਾਂਦੀਆਂ ਜਿਸ ਤੇ ਕਦੇ ਵੀ ਤੁਸੀਂ ਕਲਿੱਕ ਨਹੀਂ ਕਰਨਾ ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਉਹ ਵੈਬ ਬ੍ਰਾਊਜ਼ ਕਰਦੇ ਟਾਈਮ ਕਈ ਐਡਵਰਟਾਈਜ਼ਮੈਂਟਸ ਦਿਖਾਈਆਂ ਜਾਂਦੀਆਂ ਜਿਹਦੇ ਤੁਸੀਂ ਕਦੇ ਵੀ ਕਲਿੱਕ ਨਹੀਂ ਕਰਨਾ ਕਿਉਂਕਿ ਤੁਹਾਨੂੰ ਨਹੀਂ ਪਤਾ ਉਹ ਐਡਵਰਟਾਈਜ਼ਮੈਂਟ ਕਿਸ ਤਰ੍ਹਾਂ ਦੀ ਹੁੰਦੀ ਹੈ ਤੇ ਤੁਹਾਨੂੰ ਕਿਹੜੇ ਲਿੰਕ ਤੇ ਲੈ ਕੇ ਜਾ ਸਕਦੀ ਹੈ ਕਿਸੇ ਅਣਜਾਨ ਲਿੰਕ ਜਾਂ ਮੇਲ ਤੇ ਕਦੇ ਕਲਿੱਕ ਨਹੀਂ ਕਰਨਾ ਜਦੋਂ ਵੀ ਤੁਸੀਂ ਕਦੇ ਐਕਸਟਰਨਲ ਡਿਵਾਈਸ ਜਿਹਨੂੰ ਅਸੀਂ ਪੈਨ ਡਰਾਈਵ ਕਹਿ ਸਕਦੇ ਹਾਂ ਜਾਂ ਫਿਰ ਯੂ ਐਸ ਬੀ ਉਹ ਆਪਦੇ ਸਿਸਟਮ ਜਾਂ ਕੰਪਿਊਟਰ ਤੇ ਲਗਾਉਣ ਤੋਂ ਪਹਿਲਾਂ ਤੁਹਾਨੂੰ ਉਸ ਯੂ ਐਸ ਬੀ ਜਾਂ ਪੈਨ ਡਰਾਈਵ ਨੂੰ ਸਕੈਨ ਕਰਨਾ ਚਾਹੀਦਾ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਵਾਇਰਸ ਤੁਹਾਡੇ ਅਕਾਊਂਟ ਦੇ ਵਿੱਚ ਜਾਂ ਫਿਰ ਤੁਹਾਡੇ ਪੀ ਸੀ ਦੇ ਵਿੱਚ ਨਾ ਆ ਸਕੇ ਆਪਣੇ ਡਿਵਾਈਸ ਨੂੰ ਸਟਰੋਂਗ ਪਾਸਵਰਡ ਦੇ ਨਾਲ ਬਚਾ ਕੇ ਰੱਖਣਾ ਹੈ ਤੇ ਟਾਈਮ ਟੂ ਟਾਈਮ ਸੋ ਇਹ ਸੀ ਕੁਝ ਟਿਪਸ ਜਿਹਦੇ ਕਰਕੇ ਤੁਸੀਂ ਵੀ ਫਰਾਡ ਤੋਂ ਬਚ ਸਕਦੇ ਹੋ ਕਿਉਂਕਿ ਜੇਕਰ ਤੁਸੀਂ ਕਿਸੇ ਪਬਲਿਕ ਪਲੇਸ ਦੇ ਉੱਤੇ ਆਪਣਾ ਫੋਨ ਚਾਰਜਿੰਗ ਤੇ ਲਾਉਣ ਨਿਓ ਤਾਂ USB ਦੇ ਜ਼ਰੀਏ ਤੁਹਾਡੇ ਅਕਾਊਂਟ ਹੈਕ ਹੋ ਸਕਦਾ ਹੈ ਤੇ ਤੁਹਾਡਾ ਅਕਾਊਂਟ ਖਾਲੀ ਵੀ ਹੋ ਸਕਦਾ ਹੈ